ਇਹ ਹਨ ਫਤੇ ਵੀਰ ਦੇ ਮਾਤਾ ਜੀ ਉਹਨਾਂ ਦੇ ਮੰਮੀ ਤੇ ਹੁਣ ਤੁਹਾਨੂੰ ਦੱਸਣੇ ਹੈਗੇ ਜਦੋਂ ਫਤੇ ਵੀਰ ਹੋਣਾ ਨੂੰ ਕੱਢਿਆ ਗਿਆ ਤਾਂ ਨੇੜੇ ਦੇ ਸੰਗਰੂਰ ਦੇ ਨੇੜੇ ਪਿੰਡ ਮੰਗਵਾਲ ਦਾ ਨੌਜਵਾਨ ਜਿਹੜਾ ਗੁਰਿੰਦਰ ਸਿੰਘ ਜਿਨ੍ਹਾਂ ਨੇ ਫਤੇ ਵੀਰ ਨੂੰ ਸਿਰਫ 15 ਮਿੰਟ ਦੇ ਵਿੱਚ ਹੀ ਬਾਹਰ ਕੱਢ ਲਿਆਂਦਾ ਤੇ ਇਹ ਤੁਸੀਂ ਤਸਵੀਰ ਜਿਹੜੀ ਇਹ ਵੇਖ ਰਹੇ ਹੋ ਗੁਰਿੰਦਰ ਸਿੰਘ ਪਿੰਡ ਮੰਗਵਾਲ ਤੋਂ ਨੇ ਇਹਨਾਂ ਤੋਂ ਪਹਿਲਾਂ ਜਿਹੜੇ ਜੱਗਾ ਸੰਗਤਪੁਰਿਆ ਨੇ ਉਹਨਾਂ ਨੇ ਵੀ ਸ਼ੁਰੂ ਤੋਂ ਹੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਬੱਚੇ ਨੂੰ ਕੱਢਣ ਦਿੱਤਾ ਜਾਵੇ ਤੇ ਪੂਰਾ ਜਿਹੜਾ ਰੈਸਕਿਊ ਉਸ ਨੂੰ ਅੰਜਾਮ ਉਸ ਨੂੰ ਦੇਣ ਦਿੱਤਾ ਜਾਵੇ ਪਰ ਕਿਸੇ ਨੇ ਕਿਸੇ ਨੇ ਵੀ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਅੱਜ ਫਤੇਵੀਰ ਸਿੰਘ ਜਿਹੜੇ ਨੇ ਉਹ 11 ਜੂਨ ਨੂੰ ਜਿਹੜੇ ਬਾਹਰ ਆਏ ਨੇ ਸਵੇਰੇ 5 ਵਜੇ ਕੇ 4 ਮਿੰਟ ਦੇ ਲਗਭਗ ਤੇ ਜਿਹੜੇ ਉਹਨਾਂ ਦੀ ਮਾਤਾ ਨੇ ਉਹਨਾਂ ਦੇ ਦਾਦੀ ਦਾਦਾ ਸਾਰੇ ਬਹੁਤ ਪਰੇਸ਼ਾਨ ਨੇ ਪਰ ਇੱਥੇ ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਜਿਹੜੇ ਕੰਮ ਨੂੰ 15 ਮਿੰਟ ਚ ਇੱਕ ਨੌਜਵਾਨ ਨੇ ਅੰਜਾਮ ਦੇ ਦਿੱਤਾ ਤੇ ਜਿਹੜੇ ਬੋਰ ਦੇ ਵਿੱਚ ਡਿੱਗਿਆ ਸੀ ਬੋਰ ਵੀ ਉਸੇ ਦੇ ਵਿੱਚੋਂ ਹੀ ਬੱਚੇ ਨੂੰ ਕੱਢਿਆ ਗਿਆ ਸੋ ਇਹ ਹੁਣ ਜਿਹੜੀ ਜਵਾਬ ਦੇਵੇ ਪੰਜਾਬ ਸਰਕਾਰ ਭਾਰਤ ਸਰਕਾਰ ਜਿਹੜੇ ਵੱਡੇ ਵੱਡੀਆਂ ਡਿੰਗਾ ਮਾਰਦੇ ਨੇ ਕਿ ਅਸੀਂ ਚੰਨ ਦੇ ਉੱਪਰ ਪਹੁੰਚ ਗਏ ਆ ਅਸੀਂ ਇਹ ਕਰ ਦਿੱਤਾ ਵੋ ਕਰ ਦਿੱਤਾ ਪਰ ਜਿਹੜਾ ਇਸ ਮਾਂ ਦੇ ਜਿਹੜੇ ਹੰਝੂ ਉਹ ਵੇਖੇ ਨਹੀਂ ਜਾਂਦੇ ਤੇ ਬਹੁਤ ਬੁਰੀ ਹਾਲਤ ਹੈ ਪਰਿਵਾਰ ਦੀ ਤੇ ਇੱਕ ਹੋਰ ਵੀ ਖਬਰ ਆ ਰਹੀ ਕਿ ਜਿਸ ਕੁੰਡੀ ਨਾਲ ਫਤੇ ਵੀਰ ਉਹਨਾਂ ਨੂੰ ਕੱਢਿਆ ਗਿਆ ਪ੍ਰਸ਼ਾਸਨ ਨੇ ਉਹ ਕੁੰਡੀ ਵੀ ਜਿਹੜੀ ਖੋਣ ਦਾ ਯਤਨ ਕੀਤਾ ਗਿਆ ਕਿਉਂਕਿ